ਹਾਂਜੀ ਸਤਿ ਸ਼੍ਰੀ ਅਕਾਲ ਭਾਈ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਐਮਆਰ ਟੀਵੀ ਯੂਟਿਊਬ ਚੈਨਲ ਤੇ। ਦੋਸਤੋ, ਅੱਜ ਦੀ ਵੀਡੀਓ ਪਿੰਡ ਚੜੈਕ, ਜ਼ਿਲ੍ਹਾ ਮੋਗਾ, ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਆ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ, ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 98145400968। ਜਿਹੜੇ ਭੈਣ ਭਰਾਵਾਂ ਨੇ ਐਮਆਰ ਟੀਵੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਦਿਓ, ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਅੱਜ ਦੀ ਵੀਡੀਓ ਦੇ ਵਿੱਚ ਆ ਸਾਰਾ ਮਾਲ ਹੀ ਸੇਲ ਹੈ, ਵਕਾਊ ਇਨਫੋਰਮੇਸ਼ਨ ਲੈ ਦੇਣਾ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਤੇ ਐਡਰੈਸ ਦਾ? ਨਾਮ ਬਾਈ ਗੁਰਦਿੱਤ ਸਿੰਘ ਆ, ਪਿੰਡ ਚੜੈਕਾ, ਜ਼ਿਲ੍ਹਾ ਮੋਗਾ, ਤਹਿਸੀਲ ਵੀ ਆਪਾਂ ਨੂੰ ਮੋਗਾ ਹੀ ਪੈਂਦੀ ਭਰਾ। ਫੋਨ ਨੰਬਰ ਦੱਸ ਦਿਓ। 8907556663 ਆ ਜੀ। ਕਿੰਨੀਆਂ ਵਹਿੜਾਂ ਵਕਾਊ ਆ? ਵਹਿੜਾਂ ਵੀਰੇ ਆਪਣੇ ਕੋਲ 12 ਸੀ ਸਾਰੀਆਂ। ਇੱਕ ਚੰਦਪੁਰਾਣੇ ਦਾ ਬੰਦਾ ਲੈ ਕੇ, ਇੱਕ ਲੈ ਗਿਆ ਮੱਲੇ ਦਾ, 10 ਇਸ ਵਾਸਤੇ ਆਪਣੇ ਕੋਲ ਆ। 10 ਜੋ ਪੰਜਾਂ ਦੀ ਵੀਡੀਓ ਹੁਣ ਪਾਵਾਂਗੇ ਆਪਾਂ, ਜਿਹੜੀਆਂ ਖੜੀਆਂ ਪੰਜਾਂ ਦੀ ਵੀਡੀਓ ਤੜਕੇ ਪਾਵਾਂਗੇ, ਕਿਉਂਕਿ ਯਾਰ ਬਾਹਲਾ ਨਾ ਲੰਮੀ ਵੀਡੀਓ ਹੋ ਜਾਂਦੀ ਆ, ਅਗਲਾ ਫਿਰ ਵੇਖਣ ਕਰਨ 'ਚ ਦਿੱਕਤ ਪੈਂਦੀ ਆ। ਵੱਡੀ ਬਣ ਜਾਂਦੀ, ਵੱਡੀ ਵੀਡੀਓ ਬਣ ਜਾਂਦੀ ਆ, ਵੇਖਣ ਕਰਨ 'ਚ ਦਿੱਕਤ ਪੈਂਦੀ ਆ, ਨਾ ਸਾਨੂੰ ਪਤਾ ਲੱਗਦਾ ਕਿਹੜੀ ਪੁੱਛਦਾ ਕਿਹੜੀ ਨਹੀਂ ਅਗਲਾ। ਪੰਜਾਂ ਦੀ ਇਹਨਾਂ ਦੀ ਹੁਣ ਪਾ ਦਾਂਗੇ, ਇਹਨਾਂ ਪੰਜਾਂ ਦੀ ਅਪਲੋਡ ਤੜਕੇ ਕਰਾਂਗੇ। ਸਹੀ ਆ, ਇੱਕ ਨੰਬਰ ਤੋਂ ਸ਼ੁਰੂ ਕਰ ਲਈਏ। ਕਿੰਨਾ ਮਾਸੂ ਆ ਇਹ ਵੀਰੇ? ਪੰਜਾਬ ਵਾਲੀ ਜਰਸੀ ਆਪਣਾ ਵੱਡੇ ਪਿੰਡ 'ਚ ਇੱਕ ਤੋਂ ਲਈ ਵੀ ਆ। ਠੀਕ ਹੈ, ਆਪਾਂ ਸਾਰਾ ਐਡਰੈਸ ਵੀ ਦੇ ਦਾਂਗੇ ਜਿੱਥੋਂ ਲਈ ਆ, ਜੇ ਕਿਸੇ ਨੇ ਤਸੱਲੀ ਕਰ ਕਿਉਂ ਨਹੀਂ ਕਰ ਸਕਦਾ। ਆਪਣੇ ਚੜਿਆ ਇੱਕ ਘੀਲਾ ਡਾਕਟਰ ਆ, ਉਹਦੀ ਦੁਕਾਨ ਕੋਲੋਂ ਲਈ ਵੀ ਆ, 18-19 ਕਿਲੋ ਦੁੱਧ ਇਹਨੇ ਫਲੂਨ ਨੇ ਦਿੱਤਾ ਵਾ। ਦਿਨ ਕਿੰਨੇ ਲਏ ਜੀ? ਦਿਨ ਹਜੇ ਵੀਰੇ 7-8 ਪਏ ਆ ਪਹਿਲਾਂ। 7-8 ਦਿਨ? ਹਾਂਜੀ। ਜੈ ਜੈ ਮੌਲਾ। ਹਾਂ ਨਾ, 55,000 ਦੀ ਵੇਟ ਦੇਵਾਂਗੇ, ਪੂਰੀ ਫੁੱਲ ਚੰਗੀ ਜਰਸੀ ਆ। ਕੱਢੀਏ ਬਾਹਰ ਨੂੰ। ਦੋਸਤੋ, ਬਾਈ ਕਹਿੰਦਾ ਪੂਰੀ ਫੁੱਲ ਚੰਗੀ ਜਰਸੀ ਆ, ਆਪਦੇ ਪਿੰਡੋਂ ਹੀ ਲਈ ਆ, ਵੱਡੇ ਪਿੰਡੋਂ ਚੜਿੱਕੋਂ, ਘੀਲੇ ਡਾਕਟਰ ਦੇ ਗਵਾਂਢ 'ਚੋਂ ਬਾਈ ਕਹਿੰਦਾ ਲਈ ਆ। ਮੂੰਹ ਮੱਥੇ ਦੀ ਸੋਹਣੀ ਆ ਪੰਜਾਬ ਵਾਲੀ ਜਰਸੀ, 18-19 ਕਿਲੋ ਦੁੱਧ। ਬਾਈ ਦੱਸਦਾ ਕਿ ਪਹਿਲੇ ਸੂਏ ਪਲੂਨ ਨੇ ਦਿੱਤਾ, ਦੂਜੇ ਸੂਏ ਸੂਨ ਨੂੰ ਤਿਆਰ ਹੈ, ਵਜਨ ਵੁਜਨ ਬਹੁਤ ਹੈ, ਹਵਾਨਾ ਅਮਰੀਕਨ ਵਹਿੜਾ ਅਰਗਾ, ਬਹੁਤ ਸੋਹਣਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕੀਤਾ। ਕਰਮਾਲੀ ਨੇ ਪੱਟਾਂ 'ਚ ਫਸਿਆ ਪਿਆ, ਪਰ ਢਿੱਲਾਂ ਬਹੁਤ ਪਈਆਂ। ਵੱਧ ਬਣਾਉਣਾ ਹਜੇ ਤਾਂ ਕੁਛ ਵੀ ਨਹੀਂ। ਠੀਕ ਹੈ ਬਾਈ, ਕਹਿੰਦਾ ਹਜੇ ਤਾਂ ਹਵਾਨਾ ਕੁਛ ਵੀ ਨਹੀਂ, ਹਜੇ ਤਾਂ ਐਡਾ ਹਵਾਨਾ ਕਰਮਾਲੀ ਨੇ ਹੋਰ ਤਿਆਰ ਕਰਨਾ। ਵੱਡੇ ਕੱਦ ਵਾਲੀ ਦੂਜਾ ਸੂਆ ਪੰਜਾਬ ਵਾਲੀ ਜਰਸੀ, 18-19 ਕਿਲੋ ਦੁੱਧ ਪਹਿਲੇ ਸੂਏ ਪਲੂਨ ਨੇ ਦਿੱਤਾ। ਦੁੱਧ ਤਾਂ ਬਾਈ ਕਹਿੰਦਾ ਵੱਧ ਚਵਾਊਗੀ, ਆਫ ਕੈਮਰਾ ਬਾਈ ਗੱਲਾਂ ਕਰਦੇ ਸੀ ਕਿ 20 ਕਿਲੋ ਵਾਂਗੂ ਚਵਾ ਜੂ, ਪਰ ਤੁਸੀਂ 18-19 ਕਿਲੋ ਮੰਨ ਕੇ ਲੈ ਲਓ, 18-19 ਕਿਲੋ ਦੁੱਧ ਵੀ ਬਹੁਤ ਬਣ ਜਾਂਦਾ, ਸਟੀਲ ਦੀ ਬਾਲਟੀ 'ਚ ਪੈਂਦਾ ਨਹੀਂ। ਹਾਂ ਸਹੀ ਗੱਲ ਹੈ ਦੋਸਤੋ, ਬਾਈ ਕਹਿੰਦਾ ਕੋਈ ਲੱਸੀ ਲਾਵੀ ਨਾ ਮੰਨੇ, ਜਦੋਂ ਇੱਥੇ ਤੁਸੀਂ ਆਓਗੇ ਆ ਕੇ ਆਪਦੀ ਅੱਖਾਂ ਨਾਲ ਵੇਖੋਗੇ, ਥਣ ਸੋਹਣੇ ਆ, 4,000 ਦੀ ਚਵਾਈ ਵਾਲੇ ਗੈਪ 'ਚ ਲੱਗੇ ਹੋਏ ਆ, ਗਾੜੀ 'ਚ ਵੀ ਦੁੱਧ, ਵੀਰ ਕਹਿੰਦਾ ਫੁੱਲ ਹੀ ਉਹਦੇ ਪਛਾੜੀ 'ਚ ਵੀ, 55,000 ਦੀ ਦੇ ਦੇਣੀ ਆ, ਵਿੱਚੋਂ ਮਾਣ ਤਾਣ ਵੀਰ ਕਰ ਦੂ, ਬੇਫਿਕਰ ਹੋ ਕੇ ਆ ਜਾਓ। ਠੀਕ ਹੈ, ਇਹ ਉਦੂ ਵੀ ਵੱਧ ਜਾਤ ਬਰੀਡ ਵਾਲੀ। ਕਹਿੰਦਾ ਸੂਆ ਇਹ ਵੀ ਦੂਜਾ ਸੂਆ 6 ਦੰਦ ਵਾਲੀ ਸ਼ਿੱਗੀ? ਠੀਕ ਆ, ਕੰਨੀਆਂ ਖੜੀਆਂ, 6 ਦੰਦ, ਕਿੰਨਾ ਦੁੱਧ ਕੱਢ ਜੂ? ਇਹਨੇ ਬਈ 17 ਕਿਲੋ ਦਿੱਤਾ ਪਹਿਲੇ ਸੂਏ। ਦਿਨ ਕਿੰਨੇ ਲੈ ਜੂ? ਦਿਨ ਇਹ ਲੈ ਜੂ ਕਿ ਬਸ 5-4 ਲੇਵਾਏ ਦਾ, ਉਹਦੇ ਨਾਲ ਉਹ ਵੀ ਵੱਡਾ ਵੇਖਣ ਨੂੰ ਪਿਆ, ਆਪਾਂ 20-20 ਕਹਿ ਸਕਦੇ ਹਾਂ। ਠੀਕ ਹੈ, ਜਿਹੜੀ ਯਾਰ ਗੱਲ ਦੱਸੀ ਆਪਾਂ ਉਹੀ ਦੱਸਾਂਗੇ, ਅਗਲੇ ਦੀ ਸੇਵਾ 20-20 ਹੋ ਸਕਦੇ ਆ। ਸਹੀ ਹੈ, ਹਾਂ ਜੈ ਜੈ ਮੌਲਾ। 55-55 ਦਾ ਹੀ ਆ ਜੋੜਾ ਹੀ ਆ, ਜਿਹੜਾ ਮਰਜ਼ੀ ਭੈਣ ਭਰਾ ਲੈ ਜੀ, 55-55 ਦੇਵਾਂਗੇ। 55-55 ਹਜ਼ਾਰ ਦਾ ਬਾਈ ਕਹਿੰਦਾ ਜੋੜਾ, ਉਹਦੇ ਨਾਲ ਲੰਮਾ ਥੋੜ੍ਹਾ ਜਿਹਾ। ਠੀਕ ਹੈ ਬਾਈ, ਕਹਿੰਦਾ ਜਿਹੜੀ ਮਰਜ਼ੀ ਵੈੜ ਲੈ ਲਓ, ਹਵਾਨਾ ਵੇਖ ਕੇ ਤਾਂ ਬਾਈ ਕਹਿੰਦਾ ਭਾਵੇਂ 20 ਕਿਲੋ ਦੁੱਧ ਕਹਿ ਦਈਏ, ਪਰ 17 ਕਿਲੋ ਦੁੱਧ ਪਹਿਲੇ ਸੂਏ ਪਲੂਨ ਨੇ ਦਿੱਤਾ, 5-4 ਦਿਨ ਹਜੇ ਲੈ ਜੂ। ਥਣ ਪੂਰੇ ਚੰਗੇ ਆ, ਗੁਲਾਬੀ ਆ, ਮੁੱਠੀ ਵਾਲੇ, ਹੱਦੀ ਚਵਾਈ ਵਾਲੇ ਆ, ਫਲ ਢਿੱਲਾਂ ਬਹੁਤ ਪਈਆਂ। ਲੇਵਾ ਕਰਮ ਵਾਲੀ ਦਾ 1 ਨੰਬਰ ਨਾਲੋਂ ਵੀ ਵੱਡਾ, 2 ਨੰਬਰ ਦਾ ਹਜੇ ਆ ਰਵਾਂ, ਹਵਾਨਾ ਫੁੱਟਾਂਗੂ ਵੱਧਦਾ, ਸਾਰੀ ਵਲ ਢਿੱਲ ਕੱਢ ਕੇ ਸੂਣਾ, 5-4 ਦਿਨ ਹਜੇ ਲੈ ਜੂ, ਬੰਬ ਬਣ ਕੇ ਸੂ।
55,000 ਦੀ ਦੇ ਦੇਣੀ ਆ, ਫੁੱਲ ਜਾਤ ਬਰੀਡ ਵਾਲੀ, ਮੂੰਹ ਬਾਹਲਾ ਸੋਹਣਾ ਕਰਮ ਵਾਲੀ ਦਾ, ਛੋਟਾ ਕੰਨ ਹੈ, ਬੋਦੀ ਵਾਲੀ ਵੱਛੀ ਬਦਾਮੀ ਰੰਗ ਦੀ, ਫੁੱਲ ਜਾਤ ਬਰੀਡ ਵਾਲੀ ਹੈ ਬਾਈ। ਕਹਿੰਦਾ ਹੋ ਸਕਦਾ ਤੁਹਾਡੀ ਸੇਵਾ ਵੱਧ ਹੋਈ, ਹੋ ਸਕਦਾ 20 ਕਿਲੋ ਹੀ ਪਿਆ ਜੇ। 55,000 ਦੀ ਇਹ ਦੇ ਦੇਣੀ, 1,10,000 ਦਾ ਬਾਈ ਕਹਿੰਦਾ ਜੋੜਾ ਦੇ ਦਿਆਂਗੇ, ਜੇ ਕੋਈ ਜੋੜਾ ਲੈ ਲੂ ਫਿਰ ਵੱਧ ਮਾਣ ਤਾਣ ਬਾਈ ਕਹਿੰਦਾ ਕਰ ਦੂੰ ਕੱਲੇ ਕੱਲੇ ਚੋਂ ਵੀ। ਅਮਰੀਕਨਾਂ ਵਿਹੜਾਂ ਜਿੱਡਾ ਹਵਾਨਾ ਤਿਆਰ ਕੀਤਾ ਕਰਮ ਵਾਲੀਆਂ ਨੇ, ਠੱਬੇ ਦਾ ਹਵਾਨਾ। ਹਜੇ ਦਿਨ ਪਏ ਆ 5-4, ਜਿੱਦਣ ਤਿਆਰ ਹੋ ਜਾਂਦੀ ਲਟ ਕੇ ਸੂ ਬੰਬ ਬਣ ਕੇ ਸੁਣਾ ਕਰਮ ਵਾਲੀ ਨੇ। ਵਿਹੜਾਂ ਬਾਈ ਦੀਆਂ 10 ਸੇਲ ਹੈ, ਨਗ 12 ਸੀ, 2 ਨਗ ਬਾਈ ਕਹਿੰਦਾ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਿਆ, ਹੁਣ 10 ਨਗ ਰਹਿ ਗਏ ਆ। 5 ਨਗਾਂ ਦੀ ਇੱਕ ਪਾਰਟ 'ਚ ਵੀਡੀਓ ਬਣਾਵਾਂਗੇ, 5 ਨਗਾਂ ਦੀ ਦੂਜੇ ਪਾਰਟ 'ਚ ਵੀਡੀਓ ਬਣਾਵਾਂਗੇ, ਇੱਕ ਪਾਰਟ ਹੁਣ ਵੀਰ ਕਹਿੰਦਾ ਅਪਲੋਡ ਕਰ ਦਿਆਂਗੇ, ਦੂਜਾ ਸੁਬਾਹ ਕਰ ਦਿਆਂਗੇ। ਠੀਕ ਹੈ, ਸਾਰੀਆਂ ਚੜ੍ਹਦੇ ਤੋਂ ਚੜ੍ਹਦੀਆਂ, ਕਿੰਨਵਾਂ ਸੂ ਹੈ ਇਹਦਾ, ਕਿੰਨੇ ਦਿਨ ਲੈ ਜੂ? 7 ਪਏ ਆ। ਕਿੰਨਾ ਕੁ ਦੁੱਧ ਕੱਢ ਜੂ? ਦੁੱਧ ਰਿਕਾਰਡ ਵੀ 25 ਕਿਲੋ ਦਾ ਬਲੂਨ ਦਾ। ਠੀਕ ਹੈ, ਬਾਕੀ ਉਤਰੂ ਵੀ ਦੱਸੂ ਵੀ ਖਿੱਚੀ ਫਿਰਦੀ ਦਾ ਆ ਵੀ। ਜੈਜ ਮੁੱਲੇ ਦਾ ਇਹ ਹਾਂ ਨਾ 60,000 ਦੀ ਦੇਣਾ, 25 ਕਿਲੋ ਦੁੱਧ ਦਾ ਰਿਕਾਰਡ ਆ ਵੀਰ ਕਹਿੰਦਾ। ਫੁੱਲ ਵੱਡੇ ਕੱਦ ਕਾਠ ਵਾਲੀ ਹੈ ਹਵਾਨੇ ਵਾਲੇ ਪਾਸੋਂ, ਐਕਸਟਰਾਰਡਨਰੀ, ਬਹੁਤ ਸੋਹਣਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕੀਤਾ, ਮਾੜੀ ਵਹਿੜ ਜਿੱਡਾ ਦਾ ਹਵਾਨਾ ਕਰੀ ਫਿਰਦੀ ਕਰਮ ਵਾਲੀ ਤਿਆਰ। ਦਿਨ ਕਿੰਨੇ ਪਏ ਆ? 7 ਪਏ ਭਾਜੀ। ਹਫ਼ਤੇ ਦੀ ਕੱਚੀ ਆ, ਦੂਜਾ ਸੂਆ, ਰੇਲ ਗੱਡੀ ਦੇ ਡੱਬੇ ਜਿੱਡੀ ਹੈ, ਰਵਾਇਤ ਨੂੰ ਖਿੱਚੀ ਫਿਰਦੀ ਹੈ। 61,000 ਦੀ ਬਾਈ ਕਹਿੰਦਾ ਦੇ ਦੇਣੀ ਹੈ, 25 ਲੀਟਰ ਦੁੱਧ ਦੀ ਵੀਰ ਕਹਿੰਦਾ ਇਹਦੀ ਗਰੰਟੀ ਹੈ, ਬਾਕੀ ਹਵਾਨਾ ਹੀ ਦੱਸਦਾ ਕਰਮ ਵਾਲੀ ਦਾ। ਹੁਣ ਐਡੀ ਵਹਿੜ ਆ, ਐਡਾ ਹਵਾਨਾ ਤਿਆਰ ਕੀਤਾ, ਹੁਣ 10 ਕਿਲੋ ਦੁੱਧ ਥੋੜ੍ਹੀ ਦੇਊਗੀ ਇਹ। 61,000 ਚੋਂ ਬਾਈ ਕਹਿੰਦਾ ਮਾਣ ਕਰ ਦੂੰਗਾ, ਭਾਵੇਂ ਅਗਲਾ ਹੱਥੀ ਚਵਾਈ ਕਰ ਲਏ, ਭਾਵੇਂ ਮਸ਼ੀਨ 'ਤੇ ਚਵਾਈ ਕਰ ਲਏ। ਬਾਈ ਕਹਿੰਦਾ ਰੋਜ਼ ਦੀਆਂ 7-8 ਗਾਵਾਂ ਵੇਚਦੇ ਆ, ਮੁੱਲ ਕਰ ਨੂੰ ਭਾਵੇਂ 75,000 ਕਰ ਲੈਂਦੇ। ਦੇਣੀ ਆ ਮੇਰਾ ਭੈਣ ਭਰਾ, ਐਂ ਨਾ ਕਹਿੰਦੇ 3 ਘੱਟ ਹੋ ਜੂ, 4 ਘੱਟ ਹੋ ਜੂ, ਮਾਨ ਤਾਂ ਹੋਊ, 2-4-5-16 ਕੰਮ ਹੋਣਾ, ਬਾਹਲਾ ਲੰਮਾ ਚੌੜਾ ਖੇਡ ਨਹੀਂ। ਬਾਈ ਕਹਿੰਦਾ ਕੋਈ ਬਾਹਲੀ ਲੰਮੀ ਚੌੜੀ ਖੇਡ ਨਹੀਂ, 2-4-500 ਮਾਨ ਤਾਣ ਜ਼ਰੂਰ ਕਰੂੰਗਾ, ਦੁੱਧ 25 ਲੀਟਰ ਦੀ ਗਰੰਟੀ ਹੈ, ਬੇਫਿਕਰ ਹੋ ਕੇ ਆ ਜਾਓ। ਪਹਿਲੀਆਂ 2 ਟੌਪ ਜਰਸੀਆਂ ਪੰਜਾਬ ਵਾਲੀਆਂ, 4 ਨੰਬਰ ਤੁਸੀਂ ਹੁਣ ਸਕਰੀਨ 'ਤੇ ਵੇਖਣੀ, ਕਿੰਨਵਾਂ ਸੂਆ ਕਰਦਾ ਤਾਂ? ਦੂਜਾ ਸੂਆ ਵੀ 6 ਰਨ ਦੀ ਵੈੜੀ ਛਿੱਗੀ। ਕਿੰਨੇ ਕੁ ਦਿਨ ਲੈ ਜੂ? ਦਿਨ 10-7-8 ਪਏ ਆ, ਪੂਰੇ ਵੱਡੇ ਕੱਦ ਦੀ ਆ। ਕਿੰਨਾ ਕੁ ਦੁੱਧ ਕੱਢ ਜੂ? ਦੁੱਧ ਦਾ ਪਲੂਨ ਦਾ 19 ਲੀਟਰ ਦਾ ਰਿਕਾਰਡ ਆ, ਬਾਕੀ ਤੁਰੂਗੀ ਵੈੜ ਦੱਸੂ। ਜੈਜਾ ਮੁੱਲ ਇਹ ਹਾਂ ਨਾ 51 ਦੀ, 4 ਨੰਬਰ ਹਾਂ ਨਾ 51,000 ਦੀ, 19 ਲੀਟਰ ਦੁੱਧ ਦਿੱਤਾ ਬਾਈ ਕਹਿੰਦਾ ਪਹਿਲਾਂ ਨੇ, ਦੂਜੇ ਸੂਏ ਸੁਣਦੀ ਹੈ ਮੂੰਹ ਤੋਂ 6 ਦਿਨ ਦਾ ਹਵਾਨੇ, ਸਾਰੀਆਂ ਦੀ ਸੋਹਣੇ ਵੱਡੇ ਆ, ਐਂ ਨਹੀਂ ਕਿਸੇ ਦਾ ਬੱਕਰੀ ਕੇ ਜਿੱਡਾ ਰੇਵਾ ਹੋਊਗਾ, ਸਾਰੀਆਂ ਖੁੱਲ੍ਹੇ ਹਵਾਨਿਆਂ ਦੀਆਂ ਥਾਣ ਸੋਹਣੇ ਆ, ਭਾਵੇਂ ਹੱਥੀ ਚਵਾਈ ਕਰ ਲਓ, ਭਾਵੇਂ ਮਸ਼ੀਨ 'ਤੇ ਚਵਾਈ ਕਰ ਲਓ, ਸਾਰੀ ਸੀਸ ਆ। 51,000 ਦੀ ਦੇ ਦੇਣੀ ਆ, ਕਰੋਸ ਅੰਗ ਦੀ ਵੱਛੀ ਆ, ਗਰਮੀ ਰਹਿਤ, ਦੁੱਧ 5,000 ਗਈ ਹੋਊਗਾ। ਦੂਜਾ ਸੂਆ, ਮੂੰਹ ਤੋਂ 6 ਦੰਦ, ਛਿੱਗੀ ਵਹਿੜ, 51,000 ਚੋਂ ਬਾਈ ਕਹਿੰਦਾ ਮਾਣ ਕਰ ਦੂੰਗਾ, ਜਿਹਦੇ ਪਸੰਦ ਆਊ ਅਗਲਾ, ਬੇਫਿਕਰ ਹੋ ਕੇ ਆ ਜੇ। ਵਾਰ ਵਾਰ ਹੱਥ ਜੋੜ ਕੇ ਬੇਨਤੀ ਕਰਦੇ ਸਾਰੇ ਭੈਣ ਭਰਾਵਾਂ ਨੂੰ, ਕਿਸੇ ਵੀ ਭੈਣ ਭਰਾ ਨੇ ਕੋਈ ਵੀ ਪਸ਼ੂ ਲੈਣਾ, ਬਾਈ ਕਹਿੰਦਾ ਮੇਰੇ ਘਰ ਆਇਓ, 10 ਵਹਿੜਾਂ ਬਾਈ ਕਹਿੰਦਾ ਮੇਰੇ ਘਰ ਸੇਲ ਹੈ, 5 ਵਹਿੜਾ ਇੱਕ
ਵੀਡੀਓ 'ਚ ਵਿਖਾ ਦੇਣਗੀਆਂ, ਪੰਜ ਇੱਧਰ ਖੜ੍ਹੀਆਂ ਇਹ ਦੂਜੀ ਵੀਡੀਓ 'ਚ ਵਿਖਾ ਦੇਣਗੀਆਂ। ਆ ਜਾਓ ਇੱਥੇ, ਇੱਕ ਦੋ ਤਿੰਨ ਜਿੰਨੀਆਂ ਪਸੰਦ ਹੋਈਆਂ ਆਪਦੀਆਂ ਲੈ ਜਾਓ। ਪਤਾ ਯਾਰ ਆਪਣੇ ਕੋਲ ਗਾਂਗਾ ਹਰ ਵਕਤ ਹੀ ਹੁੰਦੀਆਂ, ਐਨੀ ਕੋਈ ਖਾਲੀ ਮੋੜ ਜੂਗਾ। ਹਾਂ ਇਹ ਗੱਲ ਸਹੀ ਹੈ, ਪਰਸੋਂ ਗਾਂਗਾ 10 ਸੀ ਨਾ। ਹਾਂ ਪਰਸੋਂ ਵੀ ਦੋ ਵੀਡੀਓ ਬਣਾਈਆਂ ਸੀ, 10 ਪਸ਼ੂ ਸੀ ਪਰਸੋਂ ਵੀ। ਕਿੰਨਵਾਂ ਸੂਗਾ ਇਹ ਵੀ? ਦੂਜਾ ਸੂਗਾ ਬੈਠਾ ਬਈ। ਕਿੰਨਾ ਕੁ ਦੁੱਧ ਕੱਢ ਜੂ? ਦੁੱਧ ਦਾ ਪਲੂਨ ਦਾ ਰਿਕਾਰਡ 21 ਕਿਲੋ ਦਾ, ਆਪਾਂ 18 20 ਕਿਲੋ ਕਹਿ ਕੇ ਦੇਣੀ ਆ। ਪੂਰੀ ਨਿੱਗਰ ਪਲੀ ਵੀ ਗਾਂ, ਇਹ ਤਰੂ ਵੀ ਦੱਸੂ ਵੀ ਆ। ਜਾਇਜ਼ ਮੁੱਲ ਇਹ ਵੀ ਹਾਂ ਨਾ 51,000 ਦੀ, ਇਹਦਾ ਮੁੱਲ 55-51 ਦੇਣਾ। 18-20 ਕਿਲੋ ਦੁੱਧ ਬਾਈ ਕਹਿੰਦਾ ਕਹਿ ਕੇ ਦੇਣੀ ਅਗਲੇ ਨੇ ਤਾਂ ਸਾਨੂੰ, ਬਹੁਤ ਦੁੱਧ ਕਿਹਾ। ਕੱਦ ਵੱਡਾ, ਵਜਨ ਬਹੁਤ ਹੈ, ਹਵਾਨਾ ਵੀ ਸੋਹਣਾ ਇਹਦਾ ਵੀ, ਲਗਭਗ ਬੈੜਾ ਸਾਰੀਆਂ ਚੰਗੇ ਦੁੱਧ ਵਾਲੀਆਂ। ਹਵਾਨੇ ਤਾਂ ਆਪੇ ਵੱਡੇ ਵਿਖਾਉਣੇ, ਕਿਉਂਕਿ ਬੈੜਾ ਚੰਗੇ ਦੁੱਧ ਵਾਲੀਆਂ। ਸੀਲ ਸਾਊ ਪੂਰੀਆਂ, ਕਿੱਲ ਵਾਲਾ ਥਾਣ ਹੈ ਪੂਰਾ, ਰੁਗ ਰੁਗ ਦੇ ਥਾਣ ਆ, ਚਾਰ ਹੀ ਗੈਪ 'ਚ ਨਿਖੜਵੇਂ, ਇਕੱਲੇ ਇਕੱਲੇ ਲੱਗੇ ਹੋਏ ਆ। ਪਰ ਤੁਸੀਂ 18-20 ਕਿਲੋ ਮੰਨ ਕੇ ਲੈ ਜਾਓ, ਉਹਨੇ ਦੀ ਵੀ ਗਰੰਟੀ ਖੁੱਲਾ ਪਿਆ ਜੂ। ਬਾਕੀ ਪੂਰੀ ਭਾਰੀ ਨਰੋਈ ਨਿੱਗਰ ਹੈ, ਬਾਕੀ ਤੁਸੀਂ ਆ ਕੇ ਜਦੋਂ ਅੱਖਾਂ ਨਾਲ ਵੇਖੋਗੇ ਤੁਹਾਡੇ ਵੀ ਮਨ ਲੱਗਣਗੇ। ਪਸ਼ੂ ਕੋਈ ਕਿਸੇ ਪਾਸੋਂ ਭੋਰਾਵ ਨਹੀਂ ਖੁੰਝਿਆ, ਸਾਰੇ ਕੱਦ ਕਾਠ ਵਾਲੇ ਆ, ਸੋਹਣੇ ਵੱਡੇ ਹਵਾਨੇ ਆ। ਉਹ ਵੀ ਵੱਡੀਆਂ ਹੀ ਆ, ਹਾਂ ਆਹ ਵੀ ਵੱਡੀਆਂ ਹੀ ਆ। ਇਹ ਤੁਹਾਨੂੰ ਹੋਣ ਵਾਲੇ ਗਾਂ ਵਾਲੇ ਪਾਰਟ 'ਚ ਵਿਖਾ ਦੇਣੇ ਅੱਜ ਦੀ ਵੀਡੀਓ ਦੇ ਵਿੱਚ। ਗੁਰਦਿੱਤ ਦੀਆਂ 5 ਵਹਿੜਾ ਨਾ ਕਿ 10 ਸੇਲ ਹੈ, ਪਰ 5 ਵਿਖਾ ਦਿਆ। ਜੇ ਕੋਈ ਆਉਣਾ ਬਾਈ ਦੇ ਘਰ ਬੇਫਿਕਰ ਹੋ ਕੇ ਆ ਜਾਓ, 5 ਵਹਿੜਾ ਹੋਰ ਖੜ੍ਹੀਆਂ ਬਿਲਕੁਲ ਸਸਤੇ ਮੁੱਲ ਦੀਆਂ, ਸੋਹਣੀਆਂ ਵਹਿੜਾਂ, ਦੋ ਪੰਜਾਬ ਵਾਲੀਆਂ ਵੱਡੀਆਂ ਜਰਸੀਆਂ। ਜਦੋਂ ਮਰਜ਼ੀ ਆ ਜਾਓ, 9-10 ਵਹਿੜਾਂ ਡੇਲੀ ਇਸ ਘਰੇ ਸੇਲ ਲਈ ਅਵੇਲੇਬਲ ਹੁੰਦੀਆਂ। ਫੋਨ ਨੰਬਰ ਸਕਰੀਨ 'ਤੇ ਆ, ਮੁੱਲ ਜਾਇਜ਼ ਹੀ ਹੁੰਦੇ ਕਰਕੇ ਤਾਂ ਹੀ ਡੇਲੀ ਇੰਨੇ ਪਸ਼ੂ ਵਿਕਦੇ ਆ, ਨਹੀਂ ਤੁਹਾਨੂੰ ਵੀ ਪਤਾ ਜੇ ਮੁੱਲ ਆਪਾਂ 50,000 ਵਾਲੀ ਦਾ 80,000 ਮੰਗੀ ਜਾਈਏ ਤਾਂ ਇੱਕ ਵਹਿੜ ਵੇਚਣੀ ਹੱਥਾਂ 'ਤੇ ਘਰ ਔਖੀ ਹੋ ਜਾਂਦੀ ਆ। ਮੁੱਲ ਜਾਇਜ਼ ਹੀ ਹੁੰਦੇ ਕਰਕੇ ਤਾਂ ਹੀ ਡੇਲੀ 10-10 ਵਹਿੜਾਂ ਇਸ ਘਰੇ ਸੇਲ ਹੋ ਕੇ ਜਾਂਦੀਆਂ, ਅਗਲੇ ਦਿਨ ਹੋਰ ਸੁਬਹਾ 10 ਆ ਜਾਂਦੀਆਂ। ਫੋਨ ਨੰਬਰ ਸਕਰੀਨ 'ਤੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।